think that's easy for me. It's not easy. It's the same as DeMar DeRozan, same as Kyle Lowry, and I'm proud of that culture. Toronto Raptors ਦੇ ਫੈਨਸ ਅਤੇ ਕੈਨੇਡਾ ਦੇ ਬਾਸਕਟਬਾਲ ਪ੍ਰੇਮੀਆਂ ਲਈ ਇੱਕ ਬਰਾਕਮਈ ਖਬਰ ਹੈ। ਟੋਰਾਂਟੋ ਰੈਪਟਰ ਦੇ ਸਟਾਰ ਅਤੇ ਹਰਮਨ ਪਿਆਰੇ ਖਿਡਾਰੀ ਪਾਸਕਲ ਸਿਆਕਮ ਰੈਪਟਰਸ ਨੂੰ ਅਲਵਿਦਾ ਕਹਿ ਕੇ ਇੰਡੀਆਨਾ ਪੇਸਰਸ ਨਾਲ ਜੁੜਨ ਜਾ ਰਹੇ ਹਨ। ਟੋਰਾਂਟੋ ਰੈਪਟਰਸ ਦੇ ਸੁਪਰ ਫੈਨ ਅਤੇ ਸ਼ਹਿਰ ਦੀ ਬਾਸਕਟਬਾਲ ਨੂੰ ਪਿਛਲੇ 30 ਸਾਲਾਂ ਤੋਂ ਨੇੜੇ ਤੋਂ ਦੇਖਦੇ ਨਾਪਾਟੀਆ ਅਨੁਸਾਰ ਸਿਆਕਮ ਦਾ ਜਾਣਾ ਬਹੁਤ ਹੀ ਦੁਖਦਾਇਕ ਅਤੇ ਅਫਸੋਸਨਾਕ ਹੈ, ਕਿਉਂਕਿ ਸਿਆਕਮ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਟੋਰਾਂਟੋ ਰੈਪਟਰਸ ਨੂੰ 2019 ਵਿੱਚ ਚੈਂਪੀਅਨ ਬਣਾਇਆ ਸੀ। ਉਹ ਟੀਮ ਦਾ ਮੈਂਬਰ ਸੀ ਜਿਨ੍ਹਾਂ ਨੇ ਸਾਨੂੰ ਇਹ ਚੈਂਪੀਅਨਸ਼ਿਪ ਰਿੰਗ ਦਿਲਵਾਈ ਸੀ। ਪਰ ਪਤਾ ਕੀ ਹੈ, ਇਹ 7 ਸਾਲ ਤੋਂ ਉਹਨੇ ਕਾਫੀ ਇੱਥੇ ਵਧੀਆ ਖੇਡਿਆ ਔਰ ਕਾਫੀ ਕੰਟਰੀਬਿਊਟ ਵੀ ਕੀਤਾ ਉਹਦਾ, ਪਰ ਹੁਣ ਟਾਈਮ ਆ ਗਿਆ ਹੋਇਆ ਸੀ ਕਿਉਂਕਿ ਅੱਗੇ ਉਹ ਇੱਥੇ ਸਾਈਨ ਨਹੀਂ ਕਰਨਾ ਚਾਹੁੰਦਾ ਸੀ, ਜਾਂ ਜੋ ਕਰਨਾ ਚਾਹੁੰਦਾ ਸੀ ਜਿਹੜੇ ਪੈਸੇ ਦੇ ਉਹ ਰੈਪਟਰਸ ਨਹੀਂ ਦੇ ਸਕਦੇ ਸਨ। ਔਰ ਇਹ ਬਿਜ਼ਨਸ ਹੈ। ਮੈਂ ਕਈ ਵਾਰ ਤੇ ਪਿਛਲੇ ਟ੍ਰੇਡ ਜਿਹੜੇ ਨੇ, ਜਿੱਦਾਂ ਵਿੰਸ ਕਾਰਟਰ ਦਾ ਟ੍ਰੇਡ ਸੀ ਜਾਂ ਡਿਮਾਰ ਦਾ ਟ੍ਰੇਡ ਸੀ, ਇਹ ਸਾਰਾ ਬਿਜ਼ਨਸ ਹੁੰਦਾ ਹੈ। ਮੈਂ ਵੀ ਬਹੁਤ, ਮਤਲਬ ਮੈਨੂੰ ਵੀ ਇਹ ਦੁਖਨਾਇਕ ਗੱਲ ਲੱਗਦੀ ਹੈ ਕਿਉਂਕਿ ਆਪਣਾ ਫੈਮਿਲੀ ਦਾ ਮੈਂਬਰ, ਜਦੋਂ ਆਪਣਾ ਵੀਰ ਛੋਟਾ ਭਰਾ ਸਿਆਕਮ ਇੱਥੋਂ ਜਾ ਰਿਹਾ ਤੇ ਉਹ ਦੁਖਦੇ ਹੁੰਦਾ। ਸਿਆਕਮ ਦੇ ਬਦਲ ਵਿੱਚ ਰੈਪਟਰਸ ਨੂੰ ਬਰੂਸ ਬਰਾਊਨ ਅਤੇ ਜਾਰਡਨ ਨੋਰਵਾ ਮਿਲਣ ਜਾ ਰਹੇ ਹਨ। ਦੋਵੇਂ ਹੀ NBA ਚੈਂਪੀਅਨ ਹਨ ਅਤੇ ਨਾਲ ਹੀ 2024 ਦੇ ਪਹਿਲੇ ਦੋ ਗੇੜਾਂ ਵਿੱਚ ਟੋਰਾਂਟੋ ਰੈਪਟਰਸ ਨਾਲ ਜੁੜਨਗੇ। ਪਰ ਨਾਪਾਟੀਆ ਮੰਨਦੇ ਹਨ ਕਿ ਇਹਨਾਂ ਦੋਵਾਂ ਖਿਡਾਰੀਆਂ ਵਿੱਚ ਸਿਆਕਮ ਜਿੰਨਾ ਦਮਖਮ ਨਹੀਂ ਹੈ। ਉਹ ਕੈਲੀਬਰ ਦੇ ਨਹੀਂ ਆ। ਸਿਆਕਮ ਬਸ ਦੋ ਵਾਰ ਆਲ ਸਟਾਰ ਸੀ, ਚੈਂਪੀਅਨ ਸੀ, 7 ਸਾਲਾਂ ਤੋਂ ਉਹਨੇ ਜਾਨ ਲਗਾਈ ਸੀ, ਬੜਾ ਵਧੀਆ ਖਿਲਾੜੀ ਹੈ, ਬਹੁਤ ਵਧੀਆ ਖਿਲਾੜੀ ਹੈ, ਦੇਣਾ ਕਹਿਣਾ ਪਏਗਾ। ਪਰ ਜੋ ਉਹਦੀ ਜਗ੍ਹਾ ਜਿਹੜੇ ਦੋ ਪਲੇਅਰ ਆ ਰਹੇ ਨੇ, ਐਕਚੁਲੀ 3 ਪਲੇਅਰ ਆ ਰਹੇ ਨੇ, ਇੱਕ ਨਿਊ ਪੈਲੀਕਨਸ ਤੋਂ ਵੀ ਆ ਰਹੇ ਹੈ, ਪਰ ਉਹ ਠੀਕ ਹੈ, ਉਹ ਫਿਲ ਇਨ ਦਾ ਬਲੈਂਕਸ ਹੈ ਇਸ ਵੇਲੇ, ਉਹ ਮਦਦ ਕਰਨਗੇ, ਪਰ ਓਨੀ ਡੂੰਗੀ ਮਿਹਨਤ ਨਹੀਂ ਕਰਨਗੇ ਕਿ ਸਾਨੂੰ 18 ਜਾਂ 19 ਚੈਂਪੀਅਨਸ਼ਿਪ ਦੀ ਲੈਵਲ ਦੇ ਲੈ ਜਾਣਗੇ ਮੇਰੇ ਹਿਸਾਬ ਨਾਲ। ਨਾਪਾਟੀਆਂ ਮੁਤਾਬਕ ਖਿਡਾਰੀਆਂ ਦਾ ਇੱਕ ਟੀਮ ਤੋਂ ਦੂਸਰੀ ਟੀਮ ਨਾਲ ਜੁੜਨਾ ਆਮ ਗੱਲ ਹੈ। ਖਿਡਾਰੀ ਦੇਖਦੇ ਹਨ ਕਿ ਕਿਸ ਟੀਮ ਕੋਲ ਉਹਨਾਂ ਨੂੰ ਜ਼ਿਆਦਾ ਪੈਸਾ ਮਿਲੇਗਾ ਅਤੇ ਜ਼ਿਆਦਾ ਲੋਕਪ੍ਰਿਯਤਾ ਮਿਲੇਗੀ, ਕਿਸ ਟੀਮ ਦੇ ਜਿੱਤਣ ਦੇ ਜ਼ਿਆਦਾ ਮੌਕੇ ਹਨ, ਖਿਡਾਰੀ ਉਸ ਟੀਮ ਨਾਲ ਜੁੜਦੇ ਹਨ। ਨਾਪਾਟੀਆਂ ਮੁਤਾਬਕ ਇਹ ਇੱਕ ਵਪਾਰ ਦਾ ਹਿੱਸਾ ਹੈ, ਬਿਜ਼ਨਸ ਹੈ। ਹਰ ਇੱਕ ਪਲੇਅਰ ਚਾਹੁੰਦਾ ਹੈ ਕਿ ਮੈਨੂੰ ਨਾ ਮੈਂ ਚੈਂਪੀਅਨਸ਼ਿਪ ਟੀਮ ਵਿੱਚ ਜਾਵਾਂ। ਕੁਆਏ ਜਦੀ ਗਿਆ, ਕੁਆਏ ਕੋਲ ਇੱਥੇ ਕੀ ਨਹੀਂ ਸੀ, ਉਹਨੂੰ ਪੈਸੇ ਵੀ ਦੇ ਰਹੇ ਸਾਂ। ਸੋ ਇਹ ਗੱਲ ਨਹੀਂ ਹੈ ਕਿ ਰੈਪਟਰ ਉਹਨੂੰ ਪੈਸੇ ਨਹੀਂ ਦੇ ਰਹੇ ਸਨ, ਰੈਪਟਰ ਉਹਨੂੰ ਸਭ ਨਾਲੋਂ ਜ਼ਿਆਦਾ ਪੈਸੇ ਵੀ ਦੇ ਰਹੇ ਸਨ। ਨਾਲੇ ਉਹ ਸਿਰਫ ਇੱਕ ਟੋਰਾਂਟੋ ਦਾ ਹੀ ਰਾਜਾ ਨਹੀਂ ਸੀ, ਉਹ ਸਾਰੇ ਕੈਨੇਡਾ ਦਾ ਰਾਜਾ ਉਹਨੇ ਹੋ ਜਾਣਾ ਸੀ। ਪਰ ਕਈ ਵਾਰ ਪਲੇਅਰਾਂ ਦਾ ਮਨ ਵਿੱਚ ਹੋਰ ਹੁੰਦਾ ਕਿ ਯਾਰ ਅਸੀਂ ਨਾ ਕਲਿੱਪਰ ਦੇ ਜਾ ਗਏ ਜਾਂ LA ਜਾ ਗਏ, ਮੈਂ LA ਤੋਂ ਹਾਂ, ਉੱਥੇ ਜਾ ਕੇ ਖੇਡਾਂ, ਉਹਨਾਂ ਨੂੰ ਵੀ ਚੈਂਪੀਅਨਸ਼ਿਪ ਦਿਲਾਵਾਂ। ਪਹਿਲਾਂ ਮੈਂ ਸੈਨ ਐਂਟੋਨੀਓ ਦੇ ਨਾਲ ਖੇਡਿਆ, ਉੱਥੇ ਉਹਨਾਂ ਨੂੰ ਚੈਂਪੀਅਨਸ਼ਿਪ ਮਿਲੀ ਹੈ, ਫਿਰ ਹੁਣ ਇੱਥੇ ਮਿਲੀ ਹੈ ਉਹਨਾਂ ਨੂੰ ਟੋਰਾਂਟੋ ਵਿੱਚ, ਹੁਣ ਮੈਂ ਉੱਥੇ ਜਾ ਕੇ ਦਿਲਾਵਾਂ। ਨਾਪਾਟੀਆਂ ਮੰਨਦੇ ਹਨ ਕਿ ਕਵਾਹੀ, ਵੈਨਿਸ ਕਾਰਟਰ, ਡਿਮਾਰ, ਕਾਇਲੇ ਲੋਰੀ ਅਤੇ ਹੁਣ ਸਿਆਕਮ ਦਾ ਜਾਣਾ ਟੋਰਾਂਟੋ ਰੈਪਟਰਸ ਵਿੱਚ 2019 ਵਾਲਾ ਦਮਖਮ ਤਾਂ ਨਹੀਂ ਛੱਡਦਾ, ਪਰ ਨਾਪਾਟੀਆਂ ਅਨੁਸਾਰ ਆਉਣ ਵਾਲੇ 2-3 ਸੀਜ਼ਨਾਂ ਵਿੱਚ ਟੀਮ ਚੰਗਾ ਪ੍ਰਦਰਸ਼ਨ ਜ਼ਰੂਰ ਕਰੇਗੀ। ਉਸ ਸਾਲ ਵਿੱਚ ਸਾਡਾ ਚਾਂਸ ਬਣ ਸਕਦਾ ਹੈ ਕਿਉਂਕਿ ਸਕੌਟੀ ਬਾਨ ਬੜਾ ਅਗਰੈਸਿਵ ਪਲੇਅਰ ਹੈ ਔਰ ਬੜਾ ਵਧੀਆ ਪਲੇਅਰ ਬਣ ਰਿਹਾ ਹੈ। ਕੁਇਕਲੀ ਵੀ, ਤੁਸੀਂ ਇਹਦੀ ਗੇਮ ਦੇਖੀ ਹੋਣੀ ਹੈ ਮਿਆਮੀ ਨਾਲ ਰਾਤੀ, ਬੜੀ ਤਗੜੀ ਗੇਮ ਖੇਡੀ ਹੈ ਇਹਨਾਂ ਨੇ। ਔਰ ਮਿਆਮੀ ਕੋਈ ਮਾੜੀ ਟੀਮ ਨਹੀਂ ਹੈ, ਮਿਆਮੀ ਇਲੀਟ ਟੀਮ ਹੈ, ਵੈਲ ਕੋਚ ਟੀਮ ਹੈ, ਪਰ ਕੱਲ ਇਹਨਾਂ ਨੇ ਦਿਖਾਇਆ। ਸੋ ਮੇਰਾ ਖਿਆਲ ਹੈ ਕਿ ਕੱਲ ਬਾਲ ਮੂਵਮੈਂਟ ਵੀ ਬੜੀ ਵਧੀਆ ਸੀ, ਬਟ ਆਈ ਥਿੰਕ ਯੂ ਵਿਲ ਸੀ ਕਿ 2-3 ਸਾਲ, ਮੈਂ ਨਹੀਂ ਕਹਾਂਗਾ ਕਿ 2024 ਵਿੱਚ ਅਸੀਂ ਚੈਂਪੀਅਨਸ਼ਿਪ ਜਾਂ 25 ਵਿੱਚ, ਪਰ ਅਗਲੇ 2-3 ਸਾਲ ਵਿੱਚ ਸਾਡੀ ਟੀਮ ਦੁਬਾਰਾ ਬਣ ਗਏ, ਜੈਲ ਬਣ ਗਏ ਤੇ ਚੈਂਪੀਅਨਸ਼ਿਪ ਦੇ ਨੇੜੇ ਤੇੜੇ ਪਹੁੰਚ ਸਕਦੇ। ਸਿਆਕਮ 14 ਫਰਵਰੀ ਨੂੰ ਆਪਣਾ ਮੈਚ ਖੇਡਣ ਲਈ ਵਾਪਸ ਟੋਰਾਂਟੋ ਪਰਤੇਗਾ ਅਤੇ ਬਿਨਾਂ ਸ਼ੱਕ ਸਕੋਸ਼ੀਆ ਬੈਂਕ ਅਰੀਨਾ ਸਿਆਕਮ ਨੂੰ ਦੇਖਣ ਲਈ ਖਚਾ ਖਚ ਭਰਿਆ ਹੋਵੇਗਾ। ਨਾਪਾਟੀਆ ਮੰਨਦੇ ਹਨ ਕਿ ਇੱਕ ਵਾਰ ਜੋ ਰੈਪਟਰਸ ਵਿੱਚ ਖੇਡ ਜਾਂਦਾ ਹੈ ਤਾਂ ਉਹ ਸਦਾ ਲਈ ਟੋਰਾਂਟੋ ਦਾ ਹੋ ਕੇ ਰਹਿ ਜਾਂਦਾ ਹੈ। ਭਾਵੇਂ ਸਿਆਕਮ ਇੰਡੀਆਨਾ ਦੀ ਟੀਮ ਵਿੱਚ ਚਲਾ ਗਿਆ ਹੈ, ਪਰ ਟੋਰਾਂਟੋ ਉਸ ਦੇ ਦਿਲ ਵਿੱਚ ਹਮੇਸ਼ਾ ਰਹੇਗਾ। ਜਸਪ੍ਰੀਤ ਪੰਧੇਰ, ਓਮਨੀ ਨਿਊਜ਼।